ਲਓ ਬਾਈ ਜੀ, ਸਾਰੇ ਫੋਟੋ ਨੂੰ ਰੰਗ ਕਰਨ ਦਾ ਆਰਡਰ ਮਿਲ ਚੁੱਕਾ ਪਾਪਾ ਕੋਲੋਂ, ਅਤੇ ਹੁਣ ਆਪਾਂ ਇਹਨੂੰ ਰੰਗ ਕਰਾਂਗੇ। ਅਤੇ ਕਾਸਟਿਕ ਮਾਰਕਿੰਗ ਦਾ ਰੰਗ ਅਤੇ ਜੋ ਵੀ ਜੰਗਾਲ ਗਿਆ ਥੋੜ੍ਹਾ ਮੋਟਾ ਪੱਟਾ ਗਿਆ, ਬਾਕੀ ਹੋਰ ਵੀ ਮਾਰ ਕੇ ਅਤੇ ਇਹਨੂੰ ਵੱਟ ਕੇ ਚੰਗੀ ਤਰ੍ਹਾਂ ਰਗੜ ਕੇ ਅਤੇ ਪੇਂਟ ਕਰਾਉਣੀ ਆ। ਦੇਖ ਸਕਦੇ ਹੋ ਤੁਸੀਂ ਅੱਗੇ ਕਾਸਟਿਕ ਨਾਲ ਸਾਰਾ ਰੰਗ ਪੱਟਿਆ ਹੋਇਆ, ਇਹਨੂੰ ਮੋਡੀਫਾਈ ਕਰਾਉਣਾ।